ਲਿਆ ਰਣੇ ਮੈਦਾਨ 'ਚ ਵੇ ਖੇਤਾਂ 'ਚ ਕੀ ਕਰਦੇ ਹੋ ਜੇ ਢੋਲ ਕਰਨਾ ਹੈ ਤਾਂ ਪਿੰਡ 'ਚ ਕਰੋ ਉਹ ਮੈਂ ਕਿਹਾ ਢੋਲ ਤਾਂ ਨਹੀਂ ਜੀ ਹੁੰਦੇ ਆ ਪਿੰਡਾਂ 'ਚ ਐਵੇਂ ਖੇੜਾ ਖੁੜਾ ਪਾਉਂਦੇ ਫਿਰਦੇ ਆਪਦਾ ਇਹਨੂੰ ਕੀ ਪਤਾ ਵਿਚਾਰੀ ਨੂੰ ਉਹ ਕਿਹੜਾ ਮਲਤਾਨ ਨੇ ਬਿਲਿਓ ਸਾਡੀ ਚੰਡੀ ਕੀਤੀ ਹੈ ਜਿਹਨੇ ਕੋਲ ਕਰਨਾ ਮੇਰੇ ਨਾਲ ਕਰੇ ਪਿੰਡ ਚੋਂ ਚੰਡੀ ਮੇਰੀ ਹੈ ਤੇਰੀ ਤਾਂ ਬਾਈ ਤੇਰੀ ਹੋਊਗੀ ਕਿਵੇਂ ਹੋ ਗਈ ਸਾਰੇ ਪਿੰਡ ਚ ਰੌਲਾ ਪਾ ਕੇ ਤਕੜਾ ਬਣ ਤਕੜਾ ਮੈਨੂੰ ਲੱਗਦਾ ਤੁਸੀਂ ਮੈਨੂੰ ਮਰਵਾਓਗੇ ਯਾਰ ਕਿੱਥੇ ਮੜਿਆ ਮੈਨੂੰ ਘੋੜੀ ਲੈ ਜਾਓ ਖਰਬੂਜੇ ਮੁਫ਼ਤ ਖਵਾ ਦਿਆ ਕਰੂੰਗਾ ਯਾਰ ਤੂੰ ਐ ਨਾ ਕਰ ਮੇਰੇ ਨਾਲ ਗੱਲ ਸੁਣ ਜੇ 500 ਨਹੀਂ ਦੇ ਸਕਦਾ 250 ਦੇ ਦੇ ਚੱਲ ਠੀਕ ਹੈ ਮੈਂ ਤੇਰੀ ਗੱਲ ਸਮਝ ਗਿਆ ਬਾਈ ਮੈਂ ਆਪੇ ਕਿਸਾ ਕੁਸਾ ਹੀ ਪੂਰੇ ਕਰ ਦੂੰਗਾ ਤੂੰ ਐਂ ਕਰ ਤੂੰ ਮਾੜਾ ਮੇਰੇ ਤੋਂ ਖਾ ਲੈ ਤੇ ਡਰ ਜਾ ਤਾਂ ਕਿ ਮੇਰੀ ਪੋਜੀਸ਼ਨ ਬਣ ਜੇ ਲੰਡੀ ਪੁੱਛੀ ਨਾ ਤੁਸੀਂ ਜਾਓ ਲੰਡੀ ਪੁੱਛੀ ਮੈਂ ਬਹਾਦਰ ਹੁਣ ਲੰਡੀ ਪੁੱਛੀ ਕਹਿਣਾ ਹੁਣ ਤੁਸੀਂ ਸਮਝ ਨਹੀਂ ਮੈਂ ਕਿਹਾ ਮੰਨਦੀ ਹੈ ਸਾਡੀ ਬਹਾਦਰੀ ਨੂੰ ਤੂੰ ਸ਼ਹਿਰੋਂ ਜਾ ਕੇ ਨਵੀਆਂ ਚਾਦਰਾਂ ਕਿਉਂ ਨੀ ਲੈ ਆਂਦੀ ਸਾਰੀਆਂ ਚਾਦਰਾਂ ਬਿਸਤਰਿਆਂ ਦੀਆਂ ਫਟਣ ਵਾਲੀਆਂ ਹੋਈਆਂ ਪਈਆਂ ਲੈ ਆਵਾਂਗੀ ਧੀਏ ਕਿਤੋਂ ਪੈਸੇ ਤਾਂ ਤੂੰ ਸੁੱਚੇ ਤੋਂ ਕਿਉਂ ਨੀ ਜਾਂਦੀ ਉਹਨੂੰ ਕਹਿ ਤਾਂ ਸਹੀ ਇੱਕ ਵਾਰੀ ਕਿੰਨੀ ਵਾਰੀ ਤੇ ਜਾ ਚੁੱਕੀ ਆ ਟੁੱਟ ਪੈਣਾ ਸਿੱਧੇ ਮੂੰਹ ਗਲੀ ਨਹੀਂ ਕਰਦਾ ਜ਼ਮੀਨ ਲੈਣ ਵੇਲੇ ਕਿੰਨਾ ਭਲਾ ਮਾਨਸ ਬਣ ਕੇ ਆਇਆ ਸੀਗਾ ਤੂੰ ਐਤਕੀ ਉਹਨੂੰ ਠੋਕ ਕੇ ਕਹਿ ਦੇ ਸਾਡੇ ਪੈਸੇ ਦੇ ਦੇ ਨਹੀਂ ਤਾਂ ਅਸੀਂ ਥਾਣੇ ਜਾਵਾਂਗੇ ਥਾਣੇ ਥਾਣੇ ਤੇ ਪੰਚਾਇਤਾਂ ਵੀ ਵੱਡਿਆਂ ਦਾ ਪੱਖ ਪੂਰਦੇ ਨੇ ਮਾੜਿਆਂ ਨੂੰ ਕੌਣ ਪੁੱਛਦਾ ਹੈ ਮੁਫਤ ਦੀ ਜ਼ਮੀਨ ਖਾ ਕੇ ਵੱਡਾ ਵੱਡਾ ਸੇਠ ਬਣ ਬੈਠਾ ਹੈ ਅੱਲਾ ਦਰ ਸ਼ਰ ਪੀਲਾ ਆ ਬਈ ਮੈਂ ਸ਼ਰਾਬ ਕੋਨੇ ਪੀਉ ਸਰਦਾਰ ਜੀ ਸੋ ਸ੍ਰੀ ਅਕਾਲ ਆ ਸੰਤਿਆ ਕਿਵੇਂ ਆਇਆ ਸਰਦਾਰ ਜੀ ਕੁਝ ਪੈਸਿਆਂ ਦੀ ਲੋੜ ਸੀ ਓਏ ਕਿਹੜੇ ਪੈਸੇ ਓਏ ਦੋ ਦਿਨਾਂ ਦੀ ਕੁੜੀ ਬਿਮਾਰ ਹੈ ਜੀ ਸਰਦਾਰਾ ਸੁੱਟ ਦਾਣਾ ਤੇ ਪਟਾਲਾ ਹੈ ਕੁੜੀ ਪਟਾਕਾ ਹੈ ਪਟਾਕਾ ਸਰਦਾਰਾ ਲੈ ਉਹ ਸੰਤਿਆ ਪੈਸੇ ਤੇ ਜੇ ਹੋਰ ਲੋੜ ਹੋਵੇ ਤਾਂ ਲੈ ਜਮੀ ਮੇਰੇ ਕੋਲੋਂ ਜਿਉਂਦੇ ਰਹੋ ਜੀ ਗੱਲ ਸੁਣ ਕੁੜੀ ਹੋ ਗਈ ਹੈ ਤੇਰੀ ਜਵਾਨ ਹਾਂਜੀ ਕੋਈ ਕੰਮ ਸ਼ਮ ਕਰਾਉਣਾ ਹੋਵੇ ਤਾਂ ਮੇਰੇ ਕੋਲ ਭੇਜ ਦੀ ਬਹੁਤ ਅੱਛਾ ਜਾ ਬਗ ਜਾ ਧੰਨਵਾਦ ਜੀ ਸੋ ਸ੍ਰੀ ਅਕਾਲ ਜੀ ਮਾਂ ਜੀ ਤੁਸੀਂ ਇੱਥੇ ਤੁਸੀਂ ਮੇਰੇ ਕੋਲ ਸੁਨੇਹਾ ਕਰ ਦੇਣਾ ਸੀ ਮੈਂ ਤੁਹਾਡੇ ਕੋਲ ਆ ਜਾਂਦਾ ਸੁਨੇਹਾ ਤਾਂ ਇੱਕ ਪਾਸੇ ਰਿਹਾ ਤੂੰ ਮੇਰੇ ਇੱਥੇ ਆਈ ਦਾ ਕੰਮ ਕਰ ਦੇ ਮੈਨੂੰ ਮੇਰੇ ਪੈਸੇ ਦੇ ਦੇ ਮੈਨੂੰ ਪੈਸੇ ਦੀ ਸਖਤ ਲੋੜ ਹੈ ਉਹ ਮਾਂ ਜੀ ਪੈਸੇ ਤੇ ਮੈਂ ਤੁਹਾਡੇ ਘਰ ਪਹੁੰਚਾ ਦੇਣੇ ਸੀ ਮੇਰਾ ਅੱਜ ਕੱਲ ਥੋੜਾ ਜਿਹਾ ਹੱਥ ਬਹੁਤ ਤੰਗ ਤੇਰਾ ਹੱਥ ਤੇ ਹਮੇਸ਼ਾ ਹੀ ਤੰਗ ਰਹਿੰਦਾ ਹੈ
कदे मेरे हाथ पारे भी सोचे जिदी तू जमीर बंदा कई साल तो नाले नाले ए जड़े सौ सौ दे नोट दिते ने ए कित्थों आए ओ मां जी ओ ते गरीब आदमी समझ के मैं ओदी मदद कीती सी थोनू पता गरीबां दी तां मैं बहुत मदद करदा मदद कीती है किसी गरीब नू ती दा मूल दिता है मैं तैनू आखरी वार कह रही हां मेरे पैसे दे दे नहीं तो मैं पुलिस को जावांगी समझे यही पर से बड़ा बोलदी सी सरदारा बड़ा संग पाड़ रही सी दे मुंह नु आहो जे तोपे लाऊंगा एदी जुबान तक की एदी नब्ज चलनी बंद हो जानी ये बहुत माड़ी बात है भाई तू बुढ़िया के पैसे क्यों नहीं देता और तेनू किन्ने बारी क्या मेरे कम च दखलंदाजी ना करे कर ये अच्छी बात कोनी सा मैं इसके बाद तेरी शक्ल को नहीं देखू क्यों मां बनिया पैसे दा काम कि नहीं कुछ नहीं मिला ती है हर वेले यही कही जांदा मेरा हाथ तंग है मेरा हाथ तंग है तू जरा गुस्से नाल ते कहना सी ओनु मुंह नाल ते बतेरा किया हो के मैं ओदे थप्पड़ मारना सी मां मेनू ता लगदा आपां नु पैसे ओखे मिलणगे तू पैसे अनु रो रही है मेनू ता इंच लगदा है जिवें जिवें ओ साडी जमीन भी सानू वापस नहीं करेगा बड़ा बड़ा खराब बंदा है वो मां इदा तो आपा भुखे मर जावांगे सानू कुछ ना कुछ तो करना ही पाऊगा हाँ ती है पर की करिए हे रब्बा हुन की करिए साडा इस दुनिया विच कोई नहीं हुन तू ही अपना बंदा भेज जड़ा साड़ी जमीन ना सानू वापस करा दवे इस दुनिया में साड़ा कोई नहीं बल्ले आज तक जब की थी या नहीं मैं जाड़ा दुख दिया हूँ जाड़ा तो तेरी है दुख दिए जड़ा मल्लो मली कटवाओ नू फिर दे ओए उदे गोडे पे आ गई आज जाड़ा कट दी पहला मेरी गलता सुन ला माड़ी जी ना बाबा ना मैं नहीं तेरी गल सुन दी क्यों मेरी गल का गोली जड़ी तेरी एक जबजू तेरे वर्गे ना दो गल्ला कर लो ते अगला समझदा मेनू प्यार कर दी है ते मेरे ते मर दी है अच्छा यो कर दे हां प्यार तू मेनू कर ला ते मार मैं जाऊं तेरी खातिर ना बाबा ना एहो जिया गल्ला नहीं करे दियां कोई चंगी जी गल करो चंगी गल ता फिर यही आ तू हीरो मैं ते रांझा मैं होवां ਕੀ ਗੱਲ ਆ ਭਾਈ ਗੁੱਸੇ ਕਿਉਂ ਬੈਠੇ ਹੋ ਓਏ ਇੱਥੇ ਕੀ ਭਤੀਜਾ ਨਾਲ ਵਿਆਹ ਰੱਖਿਆ ਹੋਇਆ ਹੈ ਜਿਹੜੇ ਭੰਗੜੇ ਪਾਈਏ ਢਿੱਲੇ ਜੇ ਬੈਠੇ ਹੋ ਕਹਿੰਦਾ ਔਰ ਰਾਜਸਥਾਨ ਵਾਲਾ ਨਿੱਕਾ ਫੜਿਆ ਗਿਆ ਯਾਰ ਨਿੱਕਾ ਫੜਿਆ ਗਿਆ ਕੌਣ ਕਹਿੰਦਾ ਤੁਹਾਨੂੰ ਉਹ ਮੈਂ ਸੁਣ ਕੇ ਆ ਚੱਕ ਵਾਲੇ ਡਰਾਈਵਰਾਂ ਤੋਂ ਭਾਈ ਚੱਕ ਵਾਲੇ ਡਰਾਈਵਰ ਝੂਠ ਨਹੀਂ ਬੋਲਦੇ ਨਸ਼ਾ ਸੱਚ ਕਹਿੰਦੇ ਆ ਮੈਨੂੰ ਲੱਗਦਾ ਆਪਣੇ ਨਿੱਕੇ ਹੁਣ ਤਾਂ ਪੁਲਿਸ ਕੋਟ ਕੋਟ ਕੇ ਬਣਾ ਦੂਗੀ ਪਤੀਸਾ ਪਰ ਹੁਣ ਫਿਰ ਕਰਾਂਗਾ ਕੀ ਹੁਣ ਕਰਨਾ ਕੀ ਸੀ
ਹੁਣ ਤਾਂਗੇ ਲੈ ਲੋ ਤੇ ਇੱਥੋਂ ਜਾਇਆ ਕਰੋ ਮੁੱਲਾਪੁਰ, ਫਿਰ ਮੁੱਲਾਪੁਰ ਤੋਂ ਲੁਧਿਆਣੇ ਤੇ ਲੁਧਿਆਣੇ ਤੋਂ ਗਾਂ ਦੁਰਾਏ, 2.5 ਰੁਪਿਆ ਸਵਾਰੀ ਤੇ ਚਾਹੇ ਪਦਲੀ ਚਾਹੇ ਪਾਰੀ। ਓਏ ਚੁੱਪ ਓਏ, ਇਹਨੂੰ ਸਾਲੇ ਨੂੰ ਮਜ਼ਾਕ ਸੋਚਦਾ ਹੈ, ਮੈਨੂੰ ਫਿਕਰ ਲੱਗਿਆ ਪਿਆ ਮਾਲ ਕੌਣ ਲਿਆਊਗਾ। ਬਾਈ ਮਾਲ ਮੈਂ ਦੇਊਂਗਾ, ਨਾਜਰ ਦੇ ਹੁੰਦਿਆਂ ਮਾਲ ਦੀ ਕੀ ਥੋੜਾ। ਆ ਗਿਆ ਰੱਬ ਦਾ ਬੰਦਾ ਮਾਲ ਦੇਣ ਵਾਸਤੇ, ਇਹਦੇ ਨਾਲ ਕੰਨ ਖੜੇ ਹੋਣਗੇ। ਬਾਈ ਤੁਸੀਂ ਮੇਰੇ ਨਾਲ ਰਲ ਕੇ ਸਾਂਝਾ ਕੰਮ ਕਿਉਂ ਨਹੀਂ ਕਰ ਲੈਂਦੇ? ਨਹੀਂ ਆਏ